बिस्मिल्लाहिर्रहमानिर्रहीम। अस्सलाम वालेकुम, वे रहे हो तुसी अपना सुरकियां चैनल ते मैं तुहाडा मेज़बान ते शान भरावां ते रोजाना दी नवीं तों नवीं ते अच्छी तों अच्छी वीडियो लैके हाज़र हो वीर। उम्मीद करना इंशाअल्लाह भरावां नूं वीडियो पसंद आउंदी है। वीडियो नूं लाइक भी कर दिओ, वीडियो शेयर भी कर दिओ। सब तों पहलां अपने चैनल नूं करना सबसक्राइब ते बैल आइकन दा बटन जिहड़ा है जरूर दबा लैणा ताकि साडी आउण वाली नवी तो नवी वीडियो जी भरावान तक आसानी पहुँच सके। वीडियो जी बना लगे वीडियो इस तरह है, बस सिलसिलावार वीडियो जुम्मे वाले दिहाड़े तुसीं वेखदे पे। तो अलहमदुलिल्लाह जिस दिन का ऐलान किया ना रजवान गुजर ने कि मेरी जी वीडियो भेजते शांत जुम्मे लानी है, तो अलहमदुलिल्लाह उस दिन तो लैके अज के दिन तक भरा पे वेखते हैं कि वार से वार जोड़ा ना वो रजवान की वीडियो होंगी है। बाकी वीडियो का एड्रैस एन जे के जिला गुजरात है, तहसील भी गुजरात है, पिंड जिहड़ा इन्हां दा होया लोकेशन इन्हां दी इस तरह है। किसी भी भरा होना हो गुजरात तो निकल के आ जाना वाया जिहड़ा है गुजरात यूनीवर्सिटी से। यूनीवर्सिटी तो अगला स्टाप आता है खोखा, खोखे तो जिहड़ा रोड निकलता ना कड़ियां वाला उस रोड के उत्ते आ जाने के अगर तकरीबन जिहड़ा ना कुछ 6 किलोमीटर तो बाद इन्हां दा पिंड आता है। यही इन्हां दी लोकेशन है, बाकी नंबर जिहड़ा स्क्रीन ते ला जाना किसी भी भरा दूरों आना हो लोकेशन जी इन्हें गुजर को मंगा लेनी है। वारा जुम्मे से तारीख भी बनती है 9 सितंबर 2022। बाकी जी गलबात है डगना की वो सारी असं रजवान में बुला के पूछ लैने किनिया ने मझा जड़िया जो उन्हें वीडियो के लाणिया ने मझा वेख लैनिया ने। अगली गलबात जी जे जे भरा पसंद आवे नंबर जोड़ा स्क्रीन पर ला जाना है, राबता करके अपना सौदा जोड़ा फाइनल कर लेना है। तो वीडियो करने जी शुरू आओ जी गुजर साहब। अस्सलाम वालेकुम जी। वालेकुम अस्सलाम जी। गुजर साहब क्या हाल है? अल्लाह दी दाद दे भाई शुक्र जी सामने दे आवाज आ रही है। किन्नियां लै के आए हो भाई? 6 ਲਿਆਂਦੀਆਂ ਜੇ। ਠੀਕ ਹੈ ਤੇ 3 ਟੁਰ ਗਈਆਂ ਜੇ ਤੇ 3 ਮੌਜੂਦ ਨੇ ਖੜੀਆਂ ਨੇ ਜੀ ਭਾਈ। ਜਿਹੜੀਆਂ ਖੜੀਆਂ ਨੇ ਪਹਿਲਣਾ ਨੇ ਜਾਂ ਦੂਜਣਾ ਨੇ? ਹਾਂ ਭਾਈ ਆਏ ਸੀ 6ਵੇਂ ਦੂਜਣਾ ਆਈਆਂ ਜੇ। ਠੀਕ ਹੈ ਤੇ ਸਾਰੀਆਂ ਆਏ ਸੀ ਦੂਜਣਾ ਨੇ ਜੋ ਭਰਾਵਾਂ ਨੂੰ ਵਾਹ ਵਾਹ ਲੰਨੇ ਆ। ਇਹਦਾ ਮਤਲਬ ਇਹ ਜਿਹੜਾ ਜੁਮਾ ਨਾ 9 ਸਤੰਬਰ ਵਾਲਾ ਇਹ ਮੇਲਾ ਦੂਜਣਾ ਦਾ? ਠੀਕ ਹੈ। 3 ਖੜੀਆਂ ਨੇ ਗੱਬੜਾ ਨੇ ਜਾਂ ਸੂਈਆਂ ਨੇ? ਭਾਈ 2 ਗੱਬੜਾ ਨੇ 1 ਸੂਈ ਹੈ। 1 ਸੂਈ ਹੈ ਠੀਕ ਹੋ ਗਿਆ। ਬਾਕੀ ਕੋ ਮੈਸੇਜ ਦੇਣਾ ਚਾਹੋ ਭਰਾਵਾਂ ਨੂੰ ਜਿਹੜੇ ਵੀਡੀਓ ਵੇਖਦੇ ਨੇ ਲਾਈਕ ਵੀ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਨਾਲ ਕਮੈਂਟ ਵੀ ਕਰਦੇ ਨੇ? ਭਾਈ ਮੈਸੇਜ ਸਾਰਿਆਂ ਭਰਾਵਾਂ ਨੂੰ ਹੈ ਹੀ ਹੈ ਕਿ ਅਸੀਂ ਤੇ ਮਾੜੇ ਦੇ ਬੰਦਿਆਂ ਗੁਨਾਹਗਾਰ ਜੇ। ਠੀਕ ਹੈ ਤੇ ਸਾਡੇ ਵਾਸਤੇ ਦੁਆ ਕਰੋ ਤੇ ਅੱਲਾ ਦੀ ਜ਼ਾਤ ਸਾਡੇ ਤੇ ਕਰਮ ਕਰੇ ਤੇ ਇਨਸ਼ਾਅੱਲਾ ਕੰਮ ਕੋਈ ਵੀ ਭਾਈ ਉਹ ਨੇਕ ਨੀਤੀ ਨਾਲ ਕਰੋ ਨਾ ਕੋਈ ਵੀ ਕੰਮ ਹੈ ਦੁਨੀਆ ਦਾ ਮਜ਼ਾ ਵੇਚ ਦਿਓ। ਅਸੀਂ ਤੇ ਚਲੋ ਮਜ਼ਾ ਲਿਆ ਨਾ ਹੋਰ ਕੋਈ ਕੰਮ ਹੈ ਬਾਹਰ ਨੇ ਸਾਡੇ ਭਰਾ। ਠੀਕ ਹੈ ਇੱਥੇ ਪਾਕਿਸਤਾਨ ਨੇ ਕਾਰੋਬਾਰ ਕਰਦੇ ਨੇ ਕੰਮ ਕੋਸ਼ਿਸ਼ ਨੀਅਤ ਹੋਣੀ ਚਾਹੀਦੀ ਕਿ ਕੰਮ ਸਹੀ ਨੀਅਤ ਨਾਲ ਕਰਨਾ ਅਗਲੇ ਕੰਮ ਮੇਰੇ ਅੱਲਾ ਪਾਕ ਦੇ ਨੇ ਰਿਜ਼ਕ ਉਹਦੇ ਕੋਲੇ ਰਿਜ਼ਕ ਮੇਰੇ ਅੱਲਾ ਪਾਕ ਨੇ ਦੇਣਾ ਕੰਮ ਨੀਅਤ ਨਾਲ ਹੋਣਾ ਚਾਹੀਦਾ ਸਾਫ ਸੁਥਰਾ ਤੇ ਰਿਜਨਲ ਜੀ ਬਿਲਕੁਲ ਬਾਕੀ ਫੈਸਲੇ ਮੇਰੇ ਅੱਲਾ ਸੋਹਣੇ ਨੇ ਕਰਦੇ ਬਾਕੀ ਕੰਮ ਅੱਲਾ ਕੋਲੇ ਅੱਲਾ ਕੋਲੇ ਮਕਸਦ ਗੱਲ ਕਰਨ ਦਾ ਕਿ ਗੁੱਜਰ ਸਾਹਿਬ ਮਿਹਨਤ ਵਿੱਚ ਸ਼ੱਕ ਨਹੀਂ ਹੋਣਾ ਮਿਹਨਤ ਵਿੱਚ ਸ਼ੱਕ ਨਹੀਂ ਹੋਣੀ ਚਾਹੀਦੀ ਤੇ ਭਾਈ ਇਮਾਨਦਾਰੀ ਵਿੱਚ ਨਹੀਂ ਸ਼ੱਕ ਹੋਣੀ ਚਾਹੀਦੀ ਮੱਝਾਂ ਲਿਆਵੇ ਦੀਆਂ ਨੇ ਭਾਈ ਵੇਚੇ ਦੀਆਂ ਨੇ ਯਕੀਨ ਕਰੋ ਮੱਝ ਲੈ ਦੀ ਸਹੀ ਹੈ ਗਲਤ ਕਦੇ ਮੱਝ ਲਈ ਨਹੀਂ ਭਾਵੇਂ ਮੁਹਤ ਵੀ ਲੱਭੇ ਠੀਕ ਹੈ ਤੇ ਭਾਈ ਕੋਸ਼ਿਸ਼ ਵੀ ਕਰੇ ਦੀ ਕਿ ਕਿਸੇ ਨੂੰ ਭਰਾ ਨੂੰ ਸਹੀ ਡੰਗਰ ਦੀਏ ਜੀ ਬਿਲਕੁਲ ਅੱਗੂ ਫਿਰ ਭਾਈ ਹਰ ਬੰਦੇ ਦਾ ਆਪਣਾ ਨਸੀਬ ਹੈ ਜੀ ਬਿਲਕੁਲ ਠੀਕ ਹੈ ਮੇਰਾ ਨਸੀਬ ਹੋ ਰਿਹਾ ਢੋਡਾ ਹੋ ਰਿਹਾ ਭਾਈ ਬਲਾਲ ਦਾ ਨਸੀਬ ਹੋ ਰਿਹਾ ਮੇਰੇ ਨਸੀਬ ਨੂੰ ਚਾਹੇ ਚੰਗੀ ਹੋਵੇ ਢੋਡੇ ਨੂੰ ਮਾੜੀ ਹੋਵੇ ਬਲਾਲ ਦੇ ਨੂੰ ਕਿਹਾ ਤਾਂ ਮੇਰੇ ਤੋਂ ਵੀ ਚੰਗੀ ਹੋਵੇ ਜੀ ਬਿਲਕੁਲ ਅਗਲਾ ਕੰਮ ਹੁੰਦਾ ਭਾਈ ਨਸੀਬ ਦਾ ਗੱਲ ਹੈ ਗੁਜਰ ਸਾਹਿਬ ਆਪਣੇ ਨਸੀਬ ਤੇ ਰਾਜ਼ੀ ਰਹਿਣਾ ਚਾਹੀਦਾ ਜੋ ਰੱਬ ਦਵੇ ਨਾ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਕਜਾਏ ਇੱਕ ਦੂਜੇ ਨੂੰ ਗੱਲ ਕਰ ਰਹੇ ਨੇ ਨਾ ਕਿਸੇ ਨੂੰ ਸੁਣਨਾ ਬਾਜ ਨਸੀਬਾਂ ਕੁਝ ਨਹੀਂ ਲੱਭਦਾ ਦੇਖੀ ਰਵੇ ਤਰਕਦਾ ਠੀਕ ਹੈ ਜੋ ਨਸੀਬ ਹੈ ਨਾ ਉਹ ਲੱਭਦਾ ਤੇ ਆਪਣੇ ਨਸੀਬ ਦੇ ਨਾਲੇ ਅੱਲਾ ਪਾਕ ਨੂੰ ਚੰਗੇ ਵਕਤ ਦੇ ਵਿੱਚ ਜਿਹੜਾ ਹੈ ਨਾ ਉਹ ਯਾਦ ਰੱਖਣਾ ਚਾਹੀਦਾ ਠੀਕ ਹੈ ਕਿਉਂਕਿ ਮਾੜੇ ਵਕਤ ਦੇ ਵਿੱਚ ਤੇ ਬੰਦਾ ਹਰ ਟਾਈਮ ਯਾਦ ਕਰਦਾ ਲੇਕਿਨ ਚੰਗੇ ਵਕਤ ਦੇ ਵਿੱਚ ਜਿਹੜਾ ਹੈ ਨਾ ਅੱਲਾ ਪਾਕ ਨੂੰ ਯਾਦ ਰੱਖਣਾ ਚਾਹੀਦਾ ਤੇ ਦੁਆ ਆ ਜੁਮੇ ਦਾ ਦਿਨ ਹੈ ਅੱਲਾ ਪਾਕ ਜਿੱਥੇ ਜਿੱਥੇ ਵੀ ਸਾਡੇ ਮੁਸਲਮਾਨ ਭੈਣਾਂ ਭਰਾ ਬਜ਼ੁਰਗ ਜਿਹੜੇ ਨੇ ਨਾ ਜਿੱਥੇ ਜਿੱਥੇ ਵੀ ਹੈ ਨੇ ਅੱਲਾ ਪਾਕ ਉਹਨਾਂ ਸਾਰਿਆਂ ਨੂੰ ਆਪਣੀ ਜ਼ੁਮਾਨ ਦੇ ਵਿੱਚ ਰੱਖੇ ਔਰ ਅੱਲਾ ਪਾਕ ਉਹਨਾਂ ਦੇ ਰਿਜ਼ਕ ਦੇ ਵਿੱਚ ਔਰ ਇੱਜ਼ਤ ਦੇ ਵਿੱਚ ਜਿਹੜਾ ਨਾ ਉਹ ਇਜ਼ਾਫਾ ਕਰੇ ਤੇ ਉਹਨਾਂ ਦੇ ਸਦਕੇ ਜਿਹੜਾ ਅੱਲਾ ਪਾਕ ਸਾਡੇ ਦੇ ਵੀ ਕਰਮ ਕਰੇ ਜੀ ਆਮੀਨ ਜੀ ਜਨਾਬ ਆਮੀਨ ਕਰੀਏ ਵੀਡੀਓ ਬਿਲਕੁਲ ਸਹੀ ਜੀ ਜੀ ਕਰੀਏ ਵੀਡੀਓ ਜੀ ਜਨਾਬ ਲਿਆਓ ਜੀ ਮਾ ਜਿਹੜੀ ਹੈ ਨਾ ਨੰਬਰ 1 ਗੁਜਰ ਸਾਹਿਬ ਕਿਹੜੀ ਮਾ ਲਾਣੀ ਹੈ ਭਾਈ ਆਹੀ ਲਾ ਲਓ ਗੱਬੜ ਆਹੀ ਲਾਣੀ ਹੈ ਮਜਾ ਭਾਈ ਤਰੇ ਨੇ ਤੇ ਇਨਸ਼ਾਅੱਲਾ ਭਰਾਵਾਂ ਨੇ ਵੇਖ ਲੈਣੀਆਂ ਨੇ ਚੀਜ਼ਾਂ ਆਉਂਦੀਆਂ ਚੀਜ਼ਾਂ ਗੁਜਰ ਸਾਹਿਬ ਇਹ ਅਸਾਂ ਨਹੀਂ ਅਜੇ ਕਹਿਣਾ ਭਰਾ ਹੀ ਕਹਾਂਗੇ ਅਸਾਂ ਨਾ ਤਾਰੀਫ ਕਰਨੀ ਹੈ ਨਾ ਅਸਾਂ ਮਜਾ ਲੀਆਂ ਨਸਲਾਂ ਦਾ ਸੜੀਆਂ ਇਹ ਅੱਜ ਭਰਾਵਾਂ ਨੇ ਨਸਲਾਂ ਵੀ ਵੇਖਣੀਆਂ ਨੇ ਚੀਜ਼ਾਂ ਵੀ ਵੇਖਣੀਆਂ ਨੇ ਲੇਕਿਨ ਅਸੀਂ ਕਿਸੇ
चीज मंगने हैं ना वो ये के साडी मेहनत वेख के ना दा दे सड़िया करो लड़े देने नसीब ने कुछ साहब माई नंबर एक गल सुनाओ जी माई जी भाई मज ते आ गई भरावां दे सामने ठीक है ते मोटी मोटी दसनिया तू निकोल दा निशान होवे दा जी थण पावर वाला होवे दा मोठ माशाल्लाह ते दोरा दोरा जी ठीक है पुशल ब्रीक सिंह जन्म नसलजात भरावां दे सामने उठा ते हड्डियां कच कच दियां ओ भरावां दे सामने ने सुवा लड़ा पाया नश काली माजे अखा दोवे इको जईयां गुजे साहब किन्ने कु देर माई लैंदी है भाई दिहाड़ियां लिया दी ते कोनी जी गल अल्लाह तो कली काम जे हुण सू पवे घंटे नु सू पवे यानी कि माई टाइम पूरी आ पई माई तैयार है जा मुंह सर पाट के दान में आ जाओ जी एक बारी पिछा जेड़ा ना सफियान माई दीयां दोवे साइडां जेड़ा है ना बलाल नु वहाण दियो क्योंकि वहाण विच शक नहीं छड़ना मुंह दे भी सौ ते दंदां दे भी तसल्ली कर लई है ते जीभ भी खा ली है अंदर जाओ सो पिछा जेड़ा है ना भाई रोहन झोटी दे आ के सामने ओना तसल्ली है बंदे तहते सूली गई चोखे मांग लो भावे थोड़े मांग लो ठीक है उंज मेरी गल ही होवे दी ते छोटी जी ते शॉर्ट जी होवे दी अग्गे भी छोटियां शॉर्ट ही होंदियां ने जी बिल्कुल माजे भाई 3 लाख ते 10 हज़ार दी ठीक है भरा भी वेखदे ने समझदे भी ने जी बिल्कुल ठीक है ते ना 3-10 लिया कदे ते ना ही लैणा है ए रिकॉर्ड है जा जा इंशाल्लाह ना उस अल्लाह दे काम ने ओदियां शानां ने ते उंज जेड़े ने ना साडे भरा भी समझदे ने जेड़े ते मैं मुल ला लवां ते भाई इंशाल्लाह ना दंदा थले उंगल दे के सोचण दे इंशाल्लाह के इंशाल्लाह अल्लाह ओदे मेरे हुक्म नाल ओदे फजल नाल ही मैं चलना पर मैं नाल अज ए भी फैसला करन दे के जेड़ा रजवान ने कीते आ ना वादा वीडियो दे विच चीज भी चंगी ते मुल भी जैन मुल भाई चीजां ते चलो सारे भरा ही चंगे ल्यांदे ने जी बिल्कुल ऐसे जे मुल ते भी इना फैसले फेर हुंदे ने जी बिल्कुल ठीक ते सिर्फ एक दा नहीं फैसला करना अगलियां त्रै दे करा भरावां दे कर लेने भरावां दे कर भरावां दी ड्यूटी है ए उहनां ने करने ने करने लो जी गुज्जर साहब बिस्मिल्लाह पढ़ो जी नंबर 1 माई किसे भरा नु पसंद आवे 2,25,000 सिर्फ 2,25,000 सिर्फ 2,25,000 सिर्फ भी ना लाख है सिर्फ सिर्फ जिस भरा नु पसंद आ मैं दा मैं दा थाली पाई मर्दी मैदान विच 20,000 मैं दे गल पता के गुजरा अज अगे हर वीडियो दे विच जा राजी आखी दा बोल लगदा है लेकिन अज मैं नहीं आखना अज भरावां ने आखना ते कमंडा दे विच तुसा भी पढ़ना है ते असा भी पढ़ना कि जे जा राजी दे 8,000 होए ना थले कमंड दे विच लिख चढ़ना लेने देने नसीब ने बस भरावां ने दुआ कर छड़नी है ते माशाल्लाह कह सकदे रिजक मेरे उस अल्लाह को लेके ओने जेड़ा मेरे नसीब विच ले है ना ओ मेनू लब जाना है रब दी जात ना किसी बंदे ने मेनू देना मेरा यकीन है मेरे नसीब विच मैं नाले भावे थोड़े तो थोड़ा मुल भी लाना भावे मैं लगे ते दां ते तां मेरा जेड़ा रिजक है मेनू अल्लाह पाक ने देना वादा कीते अल्लाह ने बिल्कुल रब दी जात है रब दे दित्ते बंदा रजदा है रजदा है लो जी गुज्जर साहब अगे माई नंबर जेड़ी है ना 2 माई दी गल सुनाओ सुबह माई भाई झोटी ने सुना भाई झोटी है ना जेड़ी एक नंबर भी मेरी है दो नंबर भी मेरी है फिर लाल ठीक है कॉल टाइम यानी कि दूजी कॉल नहीं सुनते नहीं इंशाल्लाह मेरे किसे भरा ने मनो ठीक है पहली कॉल आता ही मेरी हो जाती है देखो जी गल है कि गुज्जर साहब अगू दे खंडी किसे नसीब बंदा पहला पैसे दिते जे अपनियां करके लई है जी बिल्कुल अगू दे फिर जिथे जिथे इना दा नसीब है ना जिथे जिथे नसीब है उना लै जानी है पहला खरी खोटी जेड़ी करनी हुंदी हो अपने वास्ते करनी है गुज्जर साहब किन्ने कु दिन माई लैंदी है भाई गल करन लगा के दिहाड़े भैया लैंदी है 6-7 ठीक है गल कर लगा के पहले नंबर वाली मेरी है ते दो नंबर भी मेरी है ठीक है भाई झोटी सिर्फ दिहाड़े 7-8-25 है ठीक है झोटी उसे पास की थी झोटी दे ये थणा विच नारवा आया है ये दूध नहीं बने है ये बोड़ा नहीं बने बोड़ा नहीं बने है ठीक है सिर्फ झोटी सफर सफर दी है कूड़े छूड़े लफाई सफर ना अक्सर लफा जांदियां ने गर्मी भी है गर्मी भी है भाई झोटी इंशाल्लाह जेड़ा भरा मेरा लै जदा ना मेरा वादा होवे तां ओ पहले नंबर वाली वेखी देना ओदे नाल थण भी चोखा मोटा कढ़िया जी ठीक है ते थल्ली भी तोड़ तू नहीं तुला के मतराके दा इंशाल्लाह ढंगा ला छोटी पिछले पास
ਫਿਰ ਜ਼ੇਨ ਨੂੰ ਸਮਝਾ ਕੇ ਸਿੰਘਾਂ ਵਿੱਚ ਕਿਹੜਾ ਅਸੀਂ ਦਾਲ ਪਾਣੀ ਹੈ ਜੀ ਬਿਲਕੁਲ ਕੰਮ ਤੇ ਚਲਾਣਾ ਪਿਛਲੇ ਪਾਸੇ ਨਾਲ ਜੀ ਬਿਲਕੁਲ ਤੇ ਪਿਛਲੇ ਪਾਸੇ ਨਾਲ ਵੀ ਚਲਾਣੀਆਂ ਤੇ ਮੁੱਲ ਵੀ ਨਾਲ ਦੱਸਣੀਆਂ ਤੇ ਕੰਮ ਸਾਰਾ ਜੋ ਹੋ ਜਾਂਦਾ ਜੀ ਬਿਲਕੁਲ ਗੁਜੇ ਸਾਹਿਬ ਕਿਸੇ ਭਰਾ ਨੂੰ ਪਸੰਦਾ ਹੋਵੇ ਭਾਈ 2,35,000 ਨਹੀਂ ਲੈਣਾ ਵੀ 2,05,000 ਯਾਰ ਰਾਜ਼ੀ ਹਾਂ ਤੇਰੇ ਤੋਂ ਗੁਜਰਾ ਝੋਟੀ ਵੀ ਦੂਜਣ ਤੇ ਥਣ ਵੀ ਪਾਵਰ ਵਾਲਾ ਤੇ ਨਸਲ ਵੀ ਤੇ ਬਰੀਕ ਤੇ ਪੂਰੀ ਇੱਕ ਨੰਬਰ ਹੋਏ ਜੀ ਇਹ ਦਿਨ ਵੀ 8 ਲੈਂਦੇ ਦਿਨ ਵੀ 8 ਲੈਂਦੀ ਜਿਹਦੇ ਝੋਟੀ ਤਿਆਰ ਹੋਈ ਢੰਗ ਲਾ ਸੜੀ ਤੇ 2,05,000 ਦੀ ਪਛੜ ਵੀ ਨਹੀਂ ਲੱਗਦੀ ਆ ਫੈਸਲਾ ਜਿਹੜਾ ਨਾ ਆਪਣਾ ਜਾ ਉਹ ਆਪ ਕਰਾਏਗੀ ਕਰਾਏਗੀ ਵੀਡੀਓ ਦੇ ਵਿੱਚ ਝੋਟੀ ਵੀ ਵੇਖਣੀ ਹੈ ਤੇ ਮੁੱਲ ਵੀ ਵੇਖਣਾ ਮੁੱਲ ਵੀ ਵੇਖਣਾ ਹੈ ਝੋਟੀ ਭਾਈ ਜਿਹੜਾ ਬੰਦਾ ਲੈ ਗਿਆ ਨਾ ਇਨਸ਼ਾਅੱਲਾ ਯਾਦ ਕਰੇ ਤਾਂ ਤੈਨੂੰ ਫੇਰਾ ਝੋਟੀ ਲੈ ਵਜਿਆ ਦੀ ਆਈ ਮੁੱਲ ਕੁਚੀ ਤੇ ਮੁੱਲ ਕੁਚੀ ਉਹ ਪੁੱਛ ਲਿਆ ਜੀ 2,00,000 ਤੇ 5,000 ਨਾਲ ਜਿਹੜਾ ਆ ਸਮਝਦਾ ਸਿੰਘ ਨੇ ਸਿੰਘ ਦੀ ਮੱਝ ਫੁੱਟੀ ਹੋ ਹੀ ਨਹੀਂ ਸਕਦੀ ਠੀਕ ਹੈ ਤੇਰਾ ਜੀ ਇਹ ਗੱਲਾਂ ਦੇ ਬਦਲ ਨਾਲ ਮਾਸ਼ਾਅੱਲਾ ਜੀ ਚੰਗੀ ਹੈ ਲੈਣੇ ਦੇਣੇ ਨਸੀਬ ਨੇ ਜੀ ਲਿਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ 3 ਅੱਜ ਦੀ ਵੀਡੀਓ ਦੀ ਆਖਰੀ ਮੱਝ ਜਿਹੜੀ ਜੀ ਜੀ ਭਾਈ ਮੱਝ ਆ ਗਈ ਹੈ ਭਰਾਵਾਂ ਦੇ ਸਾਹਮਣੇ ਦੂਜੇ ਸੂ ਹੋਵੇ ਦੀ ਤੁਨੀ ਕੋਈ ਦਾ ਨਿਸ਼ਾਨ ਹੋਵੇ ਦਾ ਖਾਣ ਸੋਣਾ ਹੋਵੇ ਦਾ ਸਿਰਫ ਕੰਮ ਹੈ ਕਿ ਝੋਟੀ ਝੋ ਸੜੀ ਹੈ ਠੀਕ ਹੈ ਜੀ ਆਏ ਹੋ ਉਹਨਾਂ ਦੇ ਦੂਜੀਆਂ ਖੜੀਆਂ ਨੇ ਤੇ ਇਹ ਵੀ ਝੋਟੀ ਉਹਨਾਂ ਨੇ ਚੋਈ ਹੈ ਚਲੋ ਜੀ ਦੁੱਧ ਜਿਹੜਾ ਦੱਸਣਾ ਨਾ ਉਹ ਭਾਈ ਜੀ ਜਿਸ ਤਰ੍ਹਾਂ ਦਾ ਦਿਲ ਹੋਵੇ ਆਣ ਕੇ ਪੂਰਾ ਕਰ ਲੈ ਆ ਕੇ ਆਪਣਾ ਦੁੱਧ ਤਸੱਲੀ ਕਰੇ ਪੂਰਾ ਕਰੇ ਪਰਬੰਧ ਲੈ ਜੇ ਦੁੱਧ ਘਰ ਜਾ ਕੇ ਪੂਰਾ ਕਰ ਪੂਰਾ ਕਰ ਸੁਬਾਹ ਲਿਆ ਤੇ ਮਾਈ ਨੇ ਦੂਸਰਾ ਵੱਡਾ ਕੱਦ ਲੰਮੀ ਵੇਲ ਸ਼ਕਲ ਮੁਹੰਦਰਾ ਭਰਾਵਾਂ ਨੇ ਵੇਖ ਲੈਣਾ ਅੱਖਾਂ ਇੱਕੋ ਜਿਹੀਆਂ ਅੱਖਾਂ ਇੱਕੋ ਜਿਹੀਆਂ ਮੱਥੇ ਤੇ ਫੁੱਲੀ ਹੈ ਪੂਛੇ ਦੇ ਵਿੱਚ ਵਾਲ ਚਿੱਟੇ ਨੇ ਚਿੱਟੇ ਨੇ ਗੁਜੇ ਸਾਹਿਬ ਕਿੰਨੇ ਕੁ ਦਿਨ ਹੋ ਗਏ ਨੇ ਮਾਈ ਦੱਸੋ ਭਾਈ ਇਹ ਦਿਨਾਂ ਵਾਲਾ ਕੰਮ ਨਹੀਂ ਹੈ ਵੀ ਇਹ ਨਾ ਮਹੀਨੇ ਵਾਲਾ ਕੰਮ ਹੈ ਠੀਕ ਹੈ ਇਹ ਤਕਰੀਬਨ ਭਾਵੇਂ ਇਹ ਕੱਟੀ ਮਗਰ ਭਰਾਵਾਂ ਨੂੰ ਵਹਾ ਲੈਂਦੇ ਆ ਮਗਰ ਬੇਟੀ ਜੀ ਮੇਰੇ ਨਾਲ ਕਰੋ ਜੀ ਹਾਂਜੀ ਗੁਜਰ ਸਾਹਿਬ ਜਾਨ ਦੀ ਬਦਲ ਜਿਹੜਾ ਨਾ ਸਟਾਪ ਕੀਤੀ ਹੈ ਵੀਡੀਓ ਮਗਰ ਕੱਟੀ ਹੈ ਮਗਰ ਕੱਟੀ ਭਾਈ ਕੱਟੀ ਭਰਾਵਾਂ ਸਾਹਮਣੇ ਭਾਈ 2 ਮਹੀਨਿਆਂ ਦੀ ਮੱਝ ਸਹੀ ਹੈ ਪੱਕੀ ਠੀਕ ਹੈ ਠੀਕ ਹੈ ਕੱਟੀ ਨੂੰ ਮਾਸ਼ਾਅੱਲਾ ਦੁੱਧ ਚੱਲੀ ਆ ਰਹੀ ਚੰਗਾ ਤੇ ਕੱਟੀ ਪੂਰੀ ਪਲੀ ਤੇ ਜੱਤਰੀ ਰਾਵਣ ਦੇ ਜੋ ਬੱਚੇ ਦੇ ਜਿਹੜਾ ਨੇ ਇੱਕ ਵਾਰੀ ਕੱਟੀ ਵੀ ਨਾਲ ਹੀ ਵਹਾਣ ਦਿਓ ਪੂਰੀ ਸੁਧਰੀ ਕੱਟੀ ਸੀ ਮਾਸ਼ਾਅੱਲਾ 2 ਮਹੀਨਿਆਂ ਦੀ ਸਹੀ ਹੈ ਜੀ ਜੀ ਸੁਬਾਹ ਲਿਆ ਜੀ ਦੂਸਰਾ ਦੂਸਰਾ ਮਗਰ ਇਹਦੇ ਕੱਟੀ ਹੈ ਜੀ ਗੁਜਰ ਸਾਹਿਬ ਕਿੰਨਾ ਕੁ ਦੁੱਧ ਹੈ ਸਾਡੇ ਮਾਝ ਭਾਈ ਦੁੱਧ ਕੋਈ ਸਫਰ ਸੁਫਰ ਦੀ ਕੋਈ ਮਾਝ ਮੇਰੇ ਕੋਲੇ ਵੰਡਾ ਛੰਡਾ ਵੀ ਨਹੀਂ ਪਾਉਂਦੇ ਆ ਪਿੰਜੇ ਦੇ ਹੁੰਦਾ ਕੰਮ ਠੀਕ ਹੈ ਤੇ ਦਿਹਾੜੀ ਖੰਡ ਵਿੱਚ ਭਾਈ ਆਇਆ ਤੇ ਗਿਆ ਕੰਮ ਹੈ ਠੀਕ ਹੈ ਤੇ ਦੁੱਧ ਭਾਈ ਆ ਸਭ ਜਿਸਮੇ ਦੀ ਸਾਡੀ ਭਰਾ ਦੀ ਸਦੀ ਹੋਵੇ ਨਾ ਜੀ 8 ਕਿਲੋ ਦੀ 4 ਕਿਲੋ ਇੱਕ ਟਾਈਮ ਦੇ 4 ਕਿਲੋ ਇੱਕ ਟਾਈਮ ਸਾਰੀ ਦਾ ਜੀ ਸਾਰੀ ਦਾ ਭਾਈ 8 ਕਿਲੋ ਦੁੱਧ ਦੀ ਤਸੱਲੀ ਮੁਕਾ ਕੇ ਮੈਂ 10 ਨਹੀਂ ਆਣਾ 9 ਨਹੀਂ ਆਣਾ ਠੀਕ ਹੈ ਮੱਝ ਪਛਾਂਦੀ ਭਾਵੇਂ 12 ਵਾਲੋ ਮੂੰਹ ਨਾਲ ਆਣਾ ਬਾਕੀ ਮੈਂ ਉਹ ਦੱਸਣਾ ਭਾਈ ਜਿਹੜਾ ਕਿਸੇ ਦੇ ਘਰ ਜਾ ਕੇ ਵੀ ਪੂਰਾ ਹੋਣਾ ਜਾਂ ਜਿਹੜਾ ਕੋਈ ਭਰਾ ਟੁਰਾ ਵੇ ਉਹਨੂੰ ਪੂਰਾ ਕਰਾ ਪੂਰਾ ਗੱਲ ਹੀ ਭਾਈ ਉਹ ਕਰਨੀ ਫਾਲਤੂ ਉਹ ਦੱਸਣ ਦੀ ਲੋੜ ਕਿਹੜੀ ਹੈ ਦੱਸਣਾ ਉਹਨੂੰ ਭਾਈ ਮੱਝ ਦਾ 12 ਕਿਲੋ ਦੱਸੋ ਤੇ ਮੱਝ ਜਿੰਨੀ ਕੁ ਥੱਲੇ ਦੱਸ ਦੀ ਬਾਕੀ ਜਿਹੜਾ ਦੁੱਧ ਹੈ ਉਹ ਦੱਸਣਾ ਭਾਈ 8 ਕਿਲੋ 8 ਕਿਲੋ ਚਵਾਈ ਸੋਹਣੀ ਸੌਸੀਲ ਚੰਗੀ ਖਾਣ ਪੀਣ ਦੀ ਬਹਾਦਰ ਸਿਰਫ ਇਹਦੀ ਇੱਕ ਗੱਲ ਜਿਸ ਭਰਾ ਨੇ ਸਾਲ ਲਈ ਨਾ ਭਾਵੇਂ ਸਾਲ ਕੇ ਵਿੱਚ ਤਾਂ ਵੀ ਰਿਜ਼ਕ ਦੇ ਦੀ ਤੇ ਜੇ ਬੰਨ ਲਿਆਵੇ ਨਾ ਭਾਈ ਫਿਰ ਤੇ ਕੰਮ ਹੀ ਤਗੜਾ ਨਾ ਠੀਕ ਹੈ ਫਿਰ ਤੇ ਕੱਟੀ ਵੀ ਮਾਸ਼ਾਅੱਲਾ ਮਗਰੋਂ ਲੈਂਦੀ ਤੇ ਅਗਲੇ ਸਵੇਰ ਚੋਂ ਸਾਡੇ ਚੋਂ ਲਖਾਰੀ ਮਾਝੇ ਲੋ ਜੀ ਦੋ ਹੀ ਆ ਨਾ ਜੀ ਜੀ ਮਗਰ ਕੱਟੀ ਵੀ ਹੈ ਜਾ ਜਾ ਗੁਜੇ ਸਾਹਿਬ ਕਿਸੇ ਭਰਾ ਨੂੰ ਪਸੰਦ ਆਵੇ ਭਾਈ ਕੋਈ ਮੁੱਲ ਛੋਲ ਨਹੀਂ ਐਵੇਂ ਜਿਹੜਾ ਭਰਾ ਲੈ ਜੇ ਨਾ ਤੇ ਸਿਰਫ ਇੰਨਾ ਦੁਆ ਦੇ ਸੜੇ ਕੇ ਬਾਅਦ ਹੀ ਗੁਜਰ ਕੋਲ ਮਾਝ ਲੈਂਦੀ ਵੱਡੀ ਮਾਝ ਤੇ ਚੰਗੀ ਮਾਝ 2,05,000 ਦੀ ਆ ਪੁੱਛ ਰੋ ਬੱਬਾ ਛੇਰਾ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਨਾਰਾ ਮਾਰਨਾ ਜੀ ਪਾਕਿਸਤਾਨ ਜਿੰਦਾਬਾਦ।